ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਗੱਲ ਕਰੀਏ ਤਾਂ ਹੁਣ ਸਟੂਡੈਂਟਸ ਜਿਹੜੇ ਹੈ ਕਲੀਅਰ ਕੱਟ ਇਹ ਸਮਝ ਚੁੱਕੇ ਨੇ ਆਸਟ੍ਰੇਲੀਆ ਜੋ ਹੈ ਬੜੀ ਹੀ ਕਲੀਨ ਪ੍ਰੋਫਾਈਲ ਜੈਨੂਇਨ ਸਟੂਡੈਂਟ ਨੂੰ ਜੋ ਹੈ ਐਡਮਿਸ਼ਨ ਦੇਵੇਗਾ, ਉਸੇ ਨੂੰ ਸਟੱਡੀ ਵੀਜ਼ਾ ਜੋ ਹੈ ਗ੍ਰਾਂਟ ਹੋ ਸਕਦਾ ਹੈ। ਅਤੇ ਆਪਾਂ ਇੱਥੇ ਜਦੋਂ ਮਾਸਟਰਸ ਦੀ ਗੱਲ ਕਰਦੇ ਹਾਂ ਤਾਂ ਸਟੂਡੈਂਟਸ ਨੂੰ ਹਰੇਕ ਗੱਲ ਦਾ ਜ਼ਰੂਰ ਪਤਾ ਹੋਣਾ ਚਾਹੀਦਾ। ਸਟੈਪ ਬਾਏ ਸਟੈਪ ਅਸੀਂ ਹਮੇਸ਼ਾ ਹੀ ਇਨਫੋਰਮੇਸ਼ਨ ਜੋ ਹੈ ਸਟੂਡੈਂਟਸ ਤੱਕ ਪਹੁੰਚਾਉਂਦੇ ਰਹਿੰਦੇ ਹਾਂ, ਪਰ ਅਸੀਂ ਇੱਕ ਵਾਰ ਫਿਰ ਤੋਂ ਅੱਜ ਦੀ ਵੀਡੀਓ ਵਿੱਚ ਸਟੂਡੈਂਟਸ ਨੂੰ ਜ਼ਰੂਰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਜਿਨ੍ਹਾਂ ਨੇ ਮਾਸਟਰਸ ਵਿੱਚ ਐਡਮਿਸ਼ਨ ਲੈਣੀ, ਕਿਹੜੀ ਕਿਹੜੀ ਗੱਲਾਂ ਦਾ ਧਿਆਨ ਰੱਖਦੇ ਹੋਏ ਸਟੈਪ ਬਾਏ ਸਟੈਪ ਕਿਹੜੀ ਕਿਹੜੀਆਂ ਮੁਸ਼ਕਿਲਾਂ ਵੀ ਆਉਂਦੀਆਂ ਨੇ ਅਤੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ, ਚਾਹੇ ਆਪਾਂ ਡਾਕੂਮੈਂਟਸ ਦੀ ਗੱਲ ਕਰ ਲਈਏ ਚਾਹੇ ਆਪਾਂ ਫੰਡਸ ਦੀ ਗੱਲ ਕਰ ਲਈਏ, ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਸਮੂਥਲੀ ਤੁਹਾਡਾ ਪ੍ਰੋਸੈਸ ਜੋ ਹੈ ਪੂਰਾ ਕੰਪਲੀਟ ਕਰਦੇ ਹੋਏ ਤੁਸੀਂ ਆਪਣਾ ਸਟੱਡੀ ਵੀਜ਼ਾ ਹਾਸਲ ਕਰ ਸਕੋਗੇ। ਸੋ ਬੜੀ ਹੀ ਖਾਸ ਹੈ ਅੱਜ ਦੀ ਵੀਡੀਓ, ਧਿਆਨ ਨਾਲ ਜ਼ਰੂਰ ਵੇਖਿਓ ਅਤੇ ਸੁਣਿਓ। ਸਵਾਗਤ ਹੈ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ ਔਰ ਇਹ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਸੋ ਮੈਮ ਦੇਖੋ, ਆਪਾਂ ਹਮੇਸ਼ਾ ਫੋਕਸ ਕਰਦੇ ਹਾਂ ਕਿ ਅੱਛਾ ਸਟੂਡੈਂਟ ਜੈਨੂਇਨ ਸਟੂਡੈਂਟ ਹੈ, ਸਹੀ ਢੰਗ ਦੇ ਨਾਲ ਫਾਈਲ ਆਪਣੀ ਲਗਾਏ ਤਾਂ ਉਸਨੂੰ ਵੀਜ਼ਾ ਮਿਲੇਗਾ ਹੀ ਚਾਹੇ ਕੋਈ ਵੀ ਕੰਟਰੀ ਹੋਵੇ। ਸੋ ਜਦੋਂ ਆਪਾਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਮੈਮ, ਤਾਂ ਜਿਹੜਾ ਨੇ ਮਾਸਟਰਸ ਵਿੱਚ ਹੁਣ ਸਟੂਡੈਂਟ ਜਿਹੜਾ ਐਡਮਿਸ਼ਨ ਲਏਗਾ ਤਾਂ ਉਹਨਾਂ ਨੂੰ ਕਿਹੜੀ ਕਿਹੜੀ ਗੱਲਾਂ ਦਾ ਧਿਆਨ, ਸਪੈਸ਼ਲੀ ਕਿਹੜੇ ਕੀ ਕੁਝ ਅਜਿਹੇ ਕੋਰਸਿਸ ਵੀ ਹੁੰਦੇ ਨੇ ਜਿੱਥੇ ਥੋੜ੍ਹਾ ਸੌਖਾ ਜ਼ਰੂਰ ਲੱਗਦਾ ਜਾਂ ਜਿਹੜੇ ਇਨ ਡਿਮਾਂਡ ਕੋਰਸਿਸ ਹੁੰਦੇ ਨੇ, ਥੋੜ੍ਹਾ ਪ੍ਰੋਸੈਸ ਨੂੰ ਜ਼ਰੂਰ ਡਿਟੇਲ ਵਿੱਚ ਸਟੂਡੈਂਟਸ ਨਾਲ ਸ਼ੇਅਰ ਕਰਨਾ ਤਾਂ ਕਿ ਮਾਸਟਰਸ ਵਿੱਚ ਐਡਮਿਸ਼ਨ ਲੈਣ ਵਾਲੇ ਸਟੂਡੈਂਟ ਹਰੇਕ ਪੁਆਇੰਟ ਤੋਂ ਅਵੇਅਰ ਜ਼ਰੂਰ ਹੋ ਸਕਣ। ਦੇਖੋ ਹਰਜੋਤ, ਜਿਹੜੇ ਬੱਚੇ ਆਸਟ੍ਰੇਲੀਆ ਜਾਂਦੇ ਆ, ਕਿਉਂਕਿ ਆਸਟ੍ਰੇਲੀਆ ਇਸ ਟਾਈਮ ਨੌਰਥ ਇੰਡੀਆ ਜਾਂ ਪੂਰੇ ਆਲ ਓਵਰ ਇੰਡੀਆ ਵਾਸਤੇ ਨੰਬਰ 1 ਡੈਸਟੀਨੇਸ਼ਨ ਜਿਹੜਾ ਬਾਈ ਚੋਇਸ ਹੈ ਸਟੂਡੈਂਟਸ ਦਾ। ਔਰ ਜਿਹੜੇ ਪਿੱਛੇ ਸਟੂਡੈਂਟਸ ਦੇ ਫੀਡਬੈਕ ਵੀ ਲਿੱਤੀ ਗਈ, ਉਹਨਾਂ 'ਤੇ ਜਿਹੜੇ ਰਿਜ਼ਲਟ ਆਏ ਹੈ ਕਿ 65% ਸਟੂਡੈਂਟ ਜਿਹੜੇ ਆ ਉਹਨਾਂ ਦੀ ਫਸਟ ਚੋਇਸ ਸਿਸਟਮ ਆਸਟ੍ਰੇਲੀਆ। ਹੁਣ ਆਸਟ੍ਰੇਲੀਆ ਵਿੱਚ ਜਿਹੜਾ ਬੱਚਾ ਇੱਕ ਗ੍ਰੈਜੂਏਸ਼ਨ ਵਾਸਤੇ ਜਾ ਰਿਹਾ, ਇੱਕ ਮਾਸਟਰ ਵਾਸਤੇ, ਜਿਹੜਾ ਮਾਸਟਰ ਵਾਸਤੇ ਸਟੂਡੈਂਟ ਹੈ ਉਹ ਮੈਚੋਰਡ ਸਟੂਡੈਂਟ ਹੁੰਦਾ, ਔਰ ਉਹਨਾਂ ਦੀ ਜਿਹੜੀ ਰਿਕੁਆਇਰਮੈਂਟ ਹੈ, ਜਿਹੜੀ ਜਿਹਨੂੰ ਕਹੀਏ ਆਪਾਂ ਐਡਮਿਸ਼ਨ ਰਿਕੁਆਇਰਮੈਂਟ ਦੈਨ ਵੀਜ਼ਾ ਰਿਕੁਆਇਰਮੈਂਟ, ਉਹਨਾਂ ਦਾ ਆਪਾਂ ਥੋੜ੍ਹਾ ਜਿਹਾ ਡਿਟੇਲ 'ਚ ਸਟੂਡੈਂਟਸ ਨੂੰ ਸਮਝਾ ਦਿੰਦੇ ਹਾਂ। ਇਹਨਾਂ ਦੀ ਜਿਹੜੀ ਪਰਸੈਂਟੇਜ, ਅਕੈਡਮਿਕ ਪਰਸੈਂਟੇਜ, ਉਹ ਜਿਹੜਾ ਲੈਵਲ 1, ਲੈਵਲ 2 ਜਾਂ ਲੈਵਲ 3 ਯੂਨੀਵਰਸਿਟੀ ਤੋਂ ਪੜ੍ਹੇ ਹੋਏ ਬੱਚੇ ਆ ਉਹਨਾਂ ਦੀ 55% ਲੈਵਲ 1 ਯੂਨੀਵਰਸਿਟੀ ਵਾਲਿਆਂ ਦੀ, ਲੈਵਲ 2 ਵਾਲਿਆਂ ਦੀ 60 ਔਰ ਲੈਵਲ 3 ਦੀ 65%। ਜ਼ਿਆਦਾਤਰ ਬੱਚਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਆਸਟ੍ਰੇਲੀਆ ਦੇ ਵਿੱਚ ਇੱਦਾਂ ਇਹਨਾਂ ਨੇ ਸਟ੍ਰੀਮਲਾਈਨ ਕੀਤਾ ਹੋਇਆ। ਹਜ਼ਾਰਾਂ ਯੂਨੀਵਰਸਿਟੀਆਂ ਇੰਡੀਆ ਵਿੱਚ, ਉਹਨਾਂ ਦੇ ਵਿੱਚ ਇਹਨਾਂ ਨੇ ਲੈਵਲ 1, 2, 3 ਰੱਖਿਆ ਹੋਇਆ, ਹੈ ਨਾ। ਸੈਕਸ਼ਨ 1, ਸੈਕਸ਼ਨ 2, ਸੈਕਸ਼ਨ 3 ਬੇਸਿਕਲੀ ਇੱਦਾਂ ਕਹਿੰਦੇ ਆ। ਹੁਣ ਸੈਕਸ਼ਨ 1 'ਚ ਜਿੰਨੀ ਸਟੇਟ ਯੂਨੀਵਰਸਿਟੀਜ਼ ਹੈ ਜਾਂ ਜੋ ਅੱਛੀ ਯੂਨੀਵਰਸਿਟੀ ਜਿਹਨਾਂ ਦੀ ਰੈਂਕਿੰਗ ਅੱਛੀ, ਉਹ ਸਾਰੀ ਸੈਕਸ਼ਨ 1 'ਚ ਹੈ। ਫੋਰ ਐਗਜ਼ਾਮਪਲ ਪੰਜਾਬੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ, GNDU, ਇਹ ਸਾਰੀ ਲੈਵਲ ਸੈਕਸ਼ਨ 1 'ਚ ਆਉਂਦੀਆਂ। ਦਿੱਲੀ, ਡੇਲੀ ਯੂਨੀਵਰਸਿਟੀ, ਮੁੰਬਈ ਯੂਨੀਵਰਸਿਟੀ, ਸਟੇਟ ਯੂਨੀਵਰਸਿਟੀਜ਼ ਸਾਰੀ ਇਹ ਲੈਵਲ 1 'ਚ ਹੈ। ਫਿਰ ਲੈਵਲ 2 ਵਿੱਚ, ਮਤਲਬ ਜਿਹੜੀ ਇਹਨਾਂ ਦੇ ਵਿੱਚ ਦੀ ਯੂਨੀਵਰਸਿਟੀਆਂ ਹੋਣਗੀ, ਬਹੁਤ ਬੜੀ ਲਿਸਟ ਹੈ, ਹਜ਼ਾਰਾਂ ਯੂਨੀਵਰਸਿਟੀਆਂ 'ਚ ਇਹਨਾਂ ਦੇ ਵਿੱਚੋਂ ਸਾਨੂੰ ਕੱਢਣਾ ਪੈਂਦਾ, ਉਹ ਲੈਵਲ 2 ਵਿੱਚ ਆਉਣਗੀਆਂ, ਹੈ ਨਾ। ਬਹੁਤ ਸਾਰੀ ਯੂਨੀਵਰਸਿਟੀਆਂ ਜਿਹੜੀ ਲੈਵਲ 2 'ਚ। ਫਿਰ ਸੈਕਸ਼ਨ 3, ਸੈਕਸ਼ਨ 3 ਦੀ ਜਿਹੜੀ ਆ ਪ੍ਰਾਈਵੇਟ ਯੂਨੀਵਰਸਿਟੀਜ਼ ਮੈਕਸੀਮਮ ਸੈਕਸ਼ਨ 3 ਵਿੱਚ ਜਾ ਰਹੀਆਂ। ਹੁਣ ਜਿਹੜੀ ਸੈਕਸ਼ਨ 1 ਦੀ ਆ ਉਹਨੂੰ 55% ਚਾਹੀਦਾ, ਪਹਿਲੇ ਉਹ 50% ਦੇ ਨਾਲ ਲੈਂਦੇ ਸੀ, ਸੈਕਸ਼ਨ 2 ਦੀ 60% ਐਂਡ ਸੈਕਸ਼ਨ 3 ਦੀ 65%। ਆਇਲਸ ਰਿਕੁਆਇਰਮੈਂਟ 6.5, ਨੋਟ ਲੈਸ ਦੈਨ 6, ਔਰ ਇਹਦੇ ਨਾਲ
ਜਾਂ ਕਿਉਂਕਿ ਗ੍ਰੈਜੂਏਸ਼ਨ ਵਾਲਾ ਬੱਚਾ ਜਾਂ ਗੈਪ ਹੈ ਅਤੇ ਉਹ ਜੋਬ ਕਰ ਰਿਹਾ ਹੋਏ, ਉਹਨੂੰ ਜਿਹੜਾ ਐਕਸਪੀਰੀਅੰਸ ਲੈਟਰ ਉਹਦੇ ਕੋਲ ਹੋਏ, ਅਪੁਆਇੰਟਮੈਂਟ ਲੈਟਰ ਹੋਏ ਔਰ ਸੈਲਰੀ ਅਕਾਊਂਟ 'ਚ ਆਉਂਦੀ ਹੋਏ, ਅਤੇ ਇਹ ਸਾਰੀ ਚੀਜ਼ਾਂ ਜਦ ਸਟੂਡੈਂਟ ਦੀ ਪੂਰੀ ਹੁੰਦੀਆਂ। ਸਬਜੈਕਟਸ ਉਹਦੇ ਅੱਛੇ ਹੋਣੇ ਚਾਹੀਦੇ ਆ, ਜ਼ਿਆਦਾਤਰ ਆਰਟਸ ਦੇ ਸਬਜੈਕਟ ਕੋਈ ਵੀ ਯੂਨੀਵਰਸਿਟੀ ਇਸ ਟਾਈਮ ਨਹੀਂ ਲੈ ਰਹੀ ਹੈ। ਔਰ ਤੁਸੀਂ ਬਿਸਾਈਡ ਆਰਟਸ ਜਾਂ ਤੁਸੀਂ ਇੰਜੀਨੀਅਰਿੰਗ ਦੇ ਹੋ, ਮੈਡੀਕਲ ਦੇ, ਨੋਨ ਮੈਡੀਕਲ ਦੇ, ਕਾਮਰਸ ਦੇ ਗ੍ਰੈਜੂਏਸ਼ਨ ਕੀਤੀ ਹੋਈ ਹੈ, ਇਹ ਸਾਰੇ ਸਟੂਡੈਂਟ ਜਿਹੜੇ ਅਪਲਾਈ ਕਰ ਸਕਦੇ ਆ। ਬਟ ਜਿਹੜਾ ਗੈਪ ਹੈ ਉਹ ਜਸਟੀਫਾਈ ਹੋਣਾ ਚਾਹੀਦਾ, ਤੁਹਾਡੀ ਜੋਬ ਹੋਣੀ ਚਾਹੀਦੀ ਹੈ, ਅਕਾਊਂਟ 'ਚ ਸੈਲਰੀ ਆਉਣੀ ਚਾਹੀਦੀ ਹੈ, ਅਪੁਆਇੰਟਮੈਂਟ ਲੈਟਰ, ਐਕਸਪੀਰੀਅੰਸ ਲੈਟਰ, ਸਾਰਾ ਕੁਝ ਤੁਹਾਡੇ ਕੋਲ ਹੋਣਾ ਚਾਹੀਦਾ। ਇਹ ਤੁਹਾਡਾ ਇੱਕ ਕ੍ਰਾਈਟੇਰੀਆ ਕੰਪਲੀਟ ਹੋ ਗਿਆ। ਦੈਨ ਫਿਰ ਸੈਕਿੰਡ ਕ੍ਰਾਈਟੇਰੀਆ ਅੱਜ ਕੱਲ੍ਹ ਕੀ ਹੈ, ਮੈਂ ਇਹ ਕਹਿੰਦੀ ਹਾਂ ਕਿ ਬੱਚਿਆਂ ਦਾ ਜਿਹੜਾ ਐਡਮਿਸ਼ਨ ਦਾ ਕ੍ਰਾਈਟੇਰੀਆ ਉਨਾ ਹੀ ਜ਼ਰੂਰੀ ਆਸਟ੍ਰੇਲੀਆ ਵਾਸਤੇ ਪੇਰੈਂਟਸ ਦਾ ਐਡਮਿਸ਼ਨ ਕ੍ਰਾਈਟੇਰੀਆ, ਮੀਨਸ ਪੇਰੈਂਟਸ ਦੀ ਜਿਹੜੀ ਹੈ ਇਨਕਮ ਟੈਕਸ ਰਿਟਰਨ ਪ੍ਰੋਪਰ ਹੋਣ ਐਂਡ 12 ਲੱਖ ਮਿਨੀਮਮ ਦੇਖਦੇ ਆ ਔਰ 12 ਤੋਂ ਉੱਪਰ ਵੀ ਕਈ ਯੂਨੀਵਰਸਿਟੀਆਂ ਲੈਂਦੀਆਂ। ਅਤੇ ਪੇਰੈਂਟਸ ਦਾ ਇਨਕਮ ਕ੍ਰਾਈਟੇਰੀਆ ਲਾਸਟ 2 ਤੋਂ 3 ਈਅਰਸ ਦੇ ITR ਚਾਹੀਦੀਆਂ ਔਰ ਉਹਨਾਂ ਦੇ 3 ਮੰਥਸ ਓਲਡ ਸੇਵਿੰਗ ਅਕਾਊਂਟ ਜ਼ਰੂਰੀ ਹੋਣਾ ਚਾਹੀਦਾ। ਕਈ ਵਾਰੀ ਕਈ ਯੂਨੀਵਰਸਿਟੀਆਂ ਉਹਨਾਂ ਤੋਂ ਵੀ ਪੁਰਾਣਾ ਮੰਗ ਲੈਂਦੇ ਆ। ਔਰ ਜੇ ਤੁਸੀਂ ਗ੍ਰੈਜੂਏਟ ਹੋ, ਤੁਹਾਡੀ ਇਨਕਮ ਪੂਰੀ ਹੈ, ਫਿਰ ਐਜੂਕੇਸ਼ਨ ਲੋਨ ਵੀ ਬਹੁਤ ਈਜ਼ੀਲੀ ਮਿਲ ਜਾਂਦਾ ਹੈ, ਤੁਸੀਂ ਐਜੂਕੇਸ਼ਨ ਲੋਨ ਵੀ ਲੈ ਸਕਦੇ ਹੋ। ਇੱਥੇ ਇੱਕੋ ਪਲੱਸ ਪੁਆਇੰਟ ਹੈ ਕਿ ਜਿੱਦਾਂ ਕੈਨੇਡਾ ਦੇ ਵਿੱਚ GIC ਦੇਣਾ ਜਾਂ ਜਰਮਨੀ ਵਗੈਰਾ 'ਚ ਬਲੌਕ ਅਕਾਊਂਟ ਦੇਣਾ, ਅਤੇ ਇੱਦਾਂ ਆਸਟ੍ਰੇਲੀਆ ਦੇ ਵਿੱਚ ਖਾਲੀ ਫੰਡ ਸ਼ੋਅ ਕਰਨੇ ਆ, ਕੋਈ ਬਲੌਕ ਅਕਾਊਂਟ ਜਾਂ ਇੱਦਾਂ ਦਾ ਕੁਛ ਨਹੀਂ ਹੈ। 6 ਮਹੀਨੇ ਦੀ ਜਦ ਤੁਹਾਡੀ GT ਕਲੀਅਰ ਹੋ ਗਈ ਤਾਂ 6 ਮੰਥ ਦੀ ਫੀਸ ਪੇ ਕਰਕੇ ਤੁਸੀਂ ਫਾਈਲ ਲਗਾ ਸਕਦੇ ਹੋ। ਹੁਣ ਮੇਜ਼ਰ ਚੇਂਜਿਸ ਕੀ ਆਈਆਂ ਕਿ ਜਿਹੜੀ $1600 ਹੁਣ ਤੁਹਾਡੀ ਐਪਲੀਕੇਸ਼ਨ ਫੀਸ ਐਮਬੈਸੀ ਫੀਸ ਹੋ ਗਈ ਹੈ। ਲਿਵਿੰਗ ਐਕਸਪੈਂਸਿਸ 29,700, ਜਿਹੜੇ ਪਹਿਲੇ ਕਿ 22,500 ਸੀਗੇ, ਅਤੇ ਇਹ ਚੀਜ਼ਾਂ ਤੁਹਾਡੀ ਥੋੜ੍ਹੀ ਜਿਹੀ ਮੇਜ਼ਰ ਚੇਂਜਿਸ ਆਏ ਹੈ, ਜਿਹੜਾ ਕਿ ਧਿਆਨ ਰੱਖਦੇ ਹੋਏ ਤੁਸੀਂ ਅਪਲਾਈ ਕਰ ਸਕਦੇ ਹੋ। ਨਵੰਬਰ ਇਜ਼ ਦਾ ਨੀਅਰੈਸਟ ਇਨਟੇਕ, ਨਵੰਬਰ ਦੇ ਬਾਅਦ ਫਿਰ ਹੈ ਜੈਨ ਇਨਟੇਕ ਜਿਹਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ। ਜੀ 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 ਬਿਲਕੁਲ। ਸੋ ਨਵੰਬਰ ਇਨਟੇਕ ਨੂੰ ਅਸੀਂ ਅਗਰ ਦੇਖੀਏ, ਸਟੂਡੈਂਟ ਜਿਹੜੇ ਤਿਆਰੀ ਕਰ ਰਹੇ ਨੇ, ਜ਼ਰੂਰ ਦੇਖੋ ਜਦੋਂ ਅਸੀਂ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਗੱਲ ਕਰੀਏ, ਪ੍ਰੋਸੈਸ ਲੈਂਥੀ ਚੱਲਦਾ, ਡਾਕੂਮੈਂਟੇਸ਼ਨ 'ਤੇ ਵੀ ਬੜਾ ਧਿਆਨ ਰੱਖਣਾ ਹੀ ਪੈਂਦਾ। ਸੋ ਨਵੰਬਰ ਇਨਟੇਕ ਦੇ ਲਈ ਅਗਰ ਤਿਆਰੀ ਕਰ ਰਹੇ ਹੋ ਤਾਂ ਹੁਣੇ ਤੋਂ ਹੀ ਹਰੇਕ ਚੀਜ਼ ਨੂੰ ਸਮਝਦੇ ਹੋਏ ਪੂਰੀ ਵਧੀਆ ਢੰਗ ਦੇ ਨਾਲ ਆਪਣਾ ਪੇਪਰ ਵਰਕ ਔਰ ਫੰਡਸ ਨੂੰ ਲੈ ਕੇ ਕਲੈਰਿਟੀ ਦੇ ਨਾਲ ਅੱਗੇ ਵਧੋ ਤਾਂ ਕਿ ਕੋਈ ਵੀ ਤੁਹਾਨੂੰ ਮੁਸ਼ਕਲ ਨਾ ਆਵੇ ਇਸ ਇਨਟੇਕ ਦੇ ਵਿੱਚ। ਤੁਸੀਂ ਅਪਲਾਈ ਕਰੋ, ਐਡਮਿਸ਼ਨ ਲਓ, ਤੁਹਾਡਾ ਵੀਜ਼ਾ ਵੀ ਜ਼ਰੂਰ ਆ ਜਾਏ। ਕਿਤੇ ਸਵਾਲ ਹੈ ਤੁਹਾਡਾ ਮਨ ਵਿੱਚ ਆਪਣੀ ਪ੍ਰੋਫਾਈਲ ਨੂੰ ਲੈ ਕੇ, ਐਡਮਿਸ਼ਨ ਨੂੰ ਲੈ ਕੇ, ਅਪਲਾਈ ਕਰਨ ਨੂੰ ਲੈ ਕੇ, ਤਾਂ ਨੰਬਰ ਲਗਾਤਾਰ ਡਿਸਪਲੇ ਹੈ ਨੈਵੀਗੇਟਰਸ ਓਵਰਸੀਜ਼ ਦਾ। ਤੁਸੀਂ ਇੱਥੇ ਚੰਡੀਗੜ੍ਹ ਪਹੁੰਚੋ, ਇਹਨਾਂ ਦੇ ਆਫਿਸ ਆਓ, ਆਪਣੇ ਡਾਕੂਮੈਂਟ ਜ਼ਰੂਰ ਲੈ ਕੇ ਆਓ ਤਾਂ ਕਿ ਅਸੈਸਮੈਂਟ ਕਰਕੇ ਤੁਹਾਨੂੰ ਹੋਰ ਡਿਟੇਲ ਵਿੱਚ ਹੋਰ ਅੱਛੀਆਂ ਆਪਸ਼ਨਸ ਵੀ ਜ਼ਰੂਰ ਦੱਸੀਆਂ ਜਾ ਸਕਣ। ਬਹੁਤ ਬਹੁਤ ਥੈਂਕਸ ਮੈਮ, ਮੈਂ ਪੂਰੀ ਕਲੈਰਿਟੀ ਦੇ ਨਾਲ ਅੱਜ ਤੁਸੀਂ ਪੂਰੀ ਜਾਣਕਾਰੀ ਜੋ ਹੈ ਸਟੂਡੈਂਟਸ ਦੇ ਨਾਲ ਸ਼ੇਅਰ ਕੀਤੀ ਹੈ। ਅੱਗੋਂ ਵੀ ਅਸੀਂ ਸਟੂਡੈਂਟਸ ਦੇ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਫਿਲਹਾਲ ਲਈ ਦਿਓ ਜੀ ਇਜਾਜ਼ਤ, ਥੈਂਕ ਯੂ ਸੋ ਮਚ। ਥੈਂਕ ਯੂ।